हिमाचल की गोद विच वसे पठानकोट शहर विच वैसे तो अनेक ही मंदिर ने, पर अज असी तुहानू जिस मंदिर की कहानी दिखाउन जा रहे हैं वह है माता आशापूर्णी का मंदिर। यह मंदिर पठानकोट के अंदरून बाजार के विच स्थित है। इस मंदिर विच माता पिंडियां रूप दे विच विराजमान है। ਇਹ ਮੰਦਰ 1965 ਦੇ ਵਿੱਚ ਮਤਲਬ ਮੰਦਰ ਦੀ ਮੰਦਰ ਸ਼ੁਰੂ ਹੋਇਆ ਜਿਹੜਾ ਕੰਮ। ਇਹ ਮੰਦਰ ਘੱਟ ਤੋਂ ਘੱਟ 65 ਦੇ ਵਿੱਚ ਮਤਲਬ ਸੀ ਕਿ 200 ਸਾਲ ਪੁਰਾਣਾ ਮੰਦਰ ਹੈ। ਉਸ ਤੋਂ ਅੱਗੇ ਅਸੀਂ 65 ਸਾਲ ਹੋਰ ਲਾ ਲਓ, ਮੰਦਰ 250 ਸਾਲ ਤੋਂ ਉੱਪਰ ਪੁਰਾਣਾ ਹੈ। ਇਹ ਸਾਡੇ ਸ਼ਹਿਰ ਦੇ ਇੱਕ ਬੜੇ ਮਹਾਨੀ ਦੇ ਸੇਵਕ ਹੋਏ ਜੱਲਾ ਭਗਤ ਜੀ, ਜਿਨ੍ਹਾਂ ਨੂੰ ਮਾਂ ਨੇ ਸੁਪਨੇ ਦੇ ਵਿੱਚ ਹੁਕਮ ਕੀਤਾ ਕਿ ਮੇਰੀ ਮੂਰਤੀ ਜਿਹੜੀ ਹੈ ਚੱਕੀ ਦਰਿਆ 'ਚ ਦੱਬੀ ਰਹੀ ਹੈ, ਇਹਨੂੰ ਕੱਢ ਕੇ ਲਿਆਓ ਔਰ ਮੇਰੇ ਮੰਦਰ ਦੀ ਸਥਾਪਨਾ ਕਰੋ। ਪਹਿਲੇ ਤਾਂ ਉਹ ਦੋ ਚਾਰ ਵਾਰੀ ਇਗਨੋਰ ਕਰਦੇ ਰਹੇ ਕਿ ਮੇਰੇ ਸ਼ਾਇਦ ਮੈਨੂੰ ਭੁਲੇਖਾ, ਮੈਂ ਉਹਨੂੰ ਸੁਪਨਾ ਆਉਂਦੀ ਆਉਂਦਾ। ਮਗਰ ਜਿਹਦੇ 'ਚ 5ਵੀਂ ਵਾਰੀ ਸੁਪਨਾ ਆਇਆ ਤਾਂ ਫਿਰ ਉਹ ਸ਼ਹਿਰ ਵਾਸੀਆਂ ਨੂੰ ਲੈ ਕੇ ਚੱਕੀ ਦਰਿਆ 'ਚ ਗਏ। ਉਹਨਾਂ ਨੇ ਜਿਸ ਜਗ੍ਹਾ 'ਤੇ ਮਾਂ ਨੇ ਦੱਸਿਆ ਸੀ ਜਗ੍ਹਾ ਪੁੱਟੀ, ਉੱਥੋਂ ਮਾਂ ਦੀ ਇਹ ਜਿਹੜੀ ਸ਼ਿਲਾ ਤੁਸੀਂ ਦੇਖ ਰਹੇ ਹੋ ਇਹ ਨਿਕਲੀਆਂ। ਇੱਥੇ ਆ ਕੇ ਉਹਨਾਂ ਨੇ ਉਸ ਟਾਈਮ 'ਤੇ ਮੰਦਰ ਦੀ ਸਥਾਪਨਾ ਕੀਤੀ ਔਰ ਇਹ ਮੰਦਰ ਸਾਰਾ ਪਿੱਪਲ ਦੇ ਵਿੱਚ ਵਿਰਾਜਮਾਨ ਆ। ਚਾਰੇ ਪਾਸੇ ਇਹਦੇ ਪਿੱਪਲ ਹੀ ਪਿੱਪਲ ਹੈ, ਮੰਦਰ ਪਿੱਪਲ ਦੀ ਜੜ੍ਹਾਂ 'ਚ ਹੀ ਖੜ੍ਹਾ। ਔਰ 1965 ਦੇ ਵਿੱਚ ਜੱਲਾ ਭਗਤ ਜੀ ਦੇ ਪੋਤਰੇ ਉਹਨਾਂ ਨੇ ਮੰਦਰ ਜਿਹੜਾ ਸੇਵਾ ਕਮੇਟੀ ਦੇ ਹਵਾਲੇ ਕੀਤਾ ਕਿ ਮੰਦਰ ਦਾ ਜੀਰਨੋਦਾਰ ਕੀਤਾ ਜਾਏ। ਉਹਦੇ ਵਿੱਚ ਸਾਡੇ ਪ੍ਰਧਾਨ ਹੰਸ ਸ਼੍ਰੀ ਹਰੀਚੰਦ ਜੀ ਬਜਾਜ ਔਰ ਤਿਲਕ ਰਾਜ ਜੀ ਮਲਹੋਤਰਾ ਜਿਹੜੇ ਇਸ ਗਲੀ ਦੇ ਵਿੱਚ ਹੀ ਰਹਿੰਦੇ ਸੀ, ਉਹਨਾਂ ਦੇ ਸਪੁਰਦ ਕੀਤਾ ਕਿ ਮੰਦਰ ਦਾ ਜੀਰਨੋਦਾਰ ਕਰੋ। ਉਹਨਾਂ ਨੇ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਮੰਦਰ ਦੀ ਕਾਇਆ ਕਲਪ ਕੀਤੀ। ਜਿਹੜਾ ਮੰਦਰ ਤੁਸੀਂ ਅੱਜ ਦੇਖ ਰਹੇ ਹੋ ਇਹ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਹੀ ਬਣਾਇਆ ਗਿਆ। ਮੰਦਰ ਕਮੇਟੀ ਹਰ ਸਾਲ ਮਹਾਰਾਣੀ ਦਾ ਜਾਗਰਣ ਕਰਵਾਉਂਦੀ ਹੈ, ਇਸ ਸਾਲ 53ਵਾਂ ਜਾਗਰਣ ਹੋਇਆ। ਇਸ ਤਰ੍ਹਾਂ ਮਾਂ ਦੇ ਦਰਬਾਰ ਦਾ ਨਾਂ ਹੈ ਮਾਂ ਆਸ਼ਾਪੂਰਨੀ। ਹੋਰਾਂ ਦਾ ਤਾਂ ਮੈਂ ਕਹਿ ਨਹੀਂ ਸਕਦਾ, ਪਰ ਆਪਣਾ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਜੋ ਮਾਂ ਕੋਲੋਂ ਮੰਗਿਆ ਮਾਂ ਨੇ ਉਹ ਆਸ਼ਾ ਪੂਰੀ ਕੀਤੀ ਹੈ। ਔਰ ਮੇਰੀ ਨਹੀਂ, ਹਰ ਭਗਤ ਜਿਹੜੇ ਆਸ ਲੈ ਕੇ ਆਉਂਦੇ ਨੇ, ਮੈਂ ਇੱਕ ਬੇਨਤੀ ਕਰ ਦੇਵਾਂ ਕਿ ਕਈ ਮੇਰੇ ਵੀਰ ਆਉਂਦੇ ਨੇ, ਅੱਛਾ ਚੱਲਣੇ ਆ ਮੰਦਰ, ਦੇਖੋ ਮਾਤਾ ਰਾਣੀ ਸਾਡੀ ਆਸ਼ਾ ਪੂਰੀ ਕਰਦੀ ਕਿ ਨਹੀਂ। ਦੇਖਣ ਵਾਲੀ ਗੱਲ ਨਹੀਂ ਕਰਨੀ, ਇੱਛਾ ਲੈ ਕੇ ਆਓ, ਮਾਂ ਦੇ ਅੱਗੇ ਹੱਥ ਜੋੜੋ, ਮਾਂ ਮੈਂ ਅਰਦਾਸ ਕਰਨਾ ਮੇਰੀ ਇਹ ਆਸ਼ਾ ਪੂਰੀ ਹੋਵੇ, ਔਰ ਜ਼ਰੂਰ ਪੂਰੀ ਹੋਵੇਗੀ। ਇਮਤਿਹਾਨ ਲੈਣ ਦੀ ਕੋਸ਼ਿਸ਼ ਨਾ ਕਰੋ ਕਿ ਮੈਂ ਚੱਲਿਆਂ ਮੇਰੀ ਆਸ਼ਾ ਪੂਰੀ ਦੇਖਾਂ ਮੈਂ ਹੁੰਦੀ ਕਿ ਨਹੀਂ, ਇਹ ਨਹੀਂ ਕਰਨਾ। ਆਸ਼ਾ ਲੈ ਕੇ ਆਓ, ਮਾਂ ਜ਼ਰੂਰ ਆਸ਼ਾ ਪੂਰੀ ਕਰੇਗੀ ਔਰ ਤੁਹਾਨੂੰ ਦਿਨ ਰਾਤ ਤਰੱਕੀ ਦੇ ਰਸਤੇ 'ਤੇ ਲਿਜਾਏਗੀ। ਜੈ ਮਾਤਾ ਦੀ। ਤਾਂ ਤੁਸੀਂ ਦੇਖਿਆ ਸ਼ਕਤੀਪੀਠ ਮਾਤਾ ਆਸ਼ਾਪੂਰਨੀ ਦਾ ਉਹ ਇਤਿਹਾਸਿਕ ਮੰਦਿਰ ਜਿੱਥੇ ਅਨੇਕਾਂ ਲੋਕਾਂ ਦੀਆਂ ਆਸਾਂ ਮੁਰਾਦਾਵਾਂ ਪੂਰੀਆਂ ਹੁੰਦੀਆਂ ਨੇ। ਪਠਾਨਕੋਟ ਤੋਂ ਜਤਿਨ ਸ਼ਰਮਾ, ਨਿਊਜ਼ 18 ਪੰਜਾਬ।